ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟ੍ਰੈਵਲਰ ਉੱਪਰ ਸਵਾਗਤ ਹੈ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਭੰਗਾਣੀ ਸਾਹਿਬ ਪਾਸ਼ੇ ਦਸਵੇਂ ਵਿਖੇ ਦਰਸ਼ਨ ਕਰਨ ਲਈ ਆਏ ਹਾਂ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੀ। ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ। ਇਸ ਸਥਾਨ ਦੇ ਉੱਤੇ ਇੱਕ ਦਰਖਤ ਆ ਜੀ, ਉਹਦਾ ਦਸਵੇਂ ਪਾਤਸ਼ਾਹ ਨਾਲ ਸੰਬੰਧ ਆ ਜੀ। ਉਹਦਾ ਕੀ ਇਤਿਹਾਸ ਆ, ਕੀ ਸੰਬੰਧ ਆ ਦਸਵੇਂ ਪਾਤਸ਼ਾਹ ਨਾਲ, ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਜੀ। ਉਸ ਦਰਖਤ ਦੇ ਜੀ ਵੀ ਆਪਾਂ ਦਰਸ਼ਨ ਕਰਾਂਗੇ ਜੀ, ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ। ਗੁਰਦੁਆਰਾ ਸਾਹਿਬ ਦੀ ਸਟਾਰਟਿੰਗ ਵਿੱਚ ਹੀ ਇੱਕ ਸਾਈਡ 'ਤੇ ਬਣੀ ਹੋਈ ਹੈ ਜੀ ਦੁਕਾਨ, ਜਿੱਥੋਂ ਆਪਾਂ ਕਾਰ, ਖਿਡੌਣੇ ਅਤੇ ਹੋਰ ਸਮਾਨ ਲੈ ਸਕਦੇ ਹਾਂ ਜੀ। ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਸਾਹਮਣੇ ਬਣਿਆ ਹੋਇਆ ਜੀ ਲੰਗਰ ਹਾਲ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਇਹ ਬਣਿਆ ਹੋਇਆ ਜੀ ਸਥਾਨ, ਆਓ ਚੱਲੀਏ ਆਪਾਂ ਇਸ ਸਥਾਨ ਦੇ ਦਰਸ਼ਨ ਕਰੀਏ। ਇਸ ਸਥਾਨ ਉੱਪਰ ਸ਼੍ਰੀ ਪੀਰ ਬੁੱਧੂ ਸ਼ਾਹ ਦੀਵਾਨ ਹਾਲ ਵੀ ਬਣਿਆ ਹੋਇਆ ਜੀ, ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੀ ਇਹ ਫਤਿਹ ਆ ਜੀ, ਸਾਡੇ ਦਸਵੇਂ ਪਾਤਸ਼ਾਹ ਨੇ ਇਸ ਸਥਾਨ ਦੇ ਉੱਤੇ ਉਚਾਰੀ ਸੀ ਜੀ। ਇਹ ਤੁਸੀਂ ਪੜ੍ਹ ਸਕਦੇ ਹੋ ਬੋਰਡ ਦੇ ਵਿੱਚ ਜੀ। ਇਹ ਆ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆ ਜਾਓ ਹੁਣ ਆਪਾਂ ਦਰਸ਼ਨ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਇਹ ਹੈ ਜੀ ਅੱਜ ਦਾ ਹੁਕਮਨਾਮਾ ਸਾਹਿਬ, ਤੁਸੀਂ ਪੜ੍ਹ ਸਕਦੇ ਹੋ। ਇਸ ਪਾਸੇ ਜੀ ਸੰਖੇਪ ਇਤਿਹਾਸ ਗੁਰਦੁਆਰਾ ਸ਼੍ਰੀ ਭੰਗਾਣੀ ਸਾਹਿਬ ਜੀ ਦਾ ਲਿਖਿਆ ਹੋਇਆ, ਤੁਸੀਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ। ਆਓ ਚੱਲੀਏ ਜੀ ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ ਜੀ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 22 ਸਾਲ ਦੀ ਉਮਰ ਦੇ ਵਿੱਚ ਇਸ ਜਗ੍ਹਾ ਪਹਿਲਾ ਧਰਮ ਯੁੱਧ ਲੜਿਆ ਸੀ ਜੀ। ਦਸਵੇਂ ਪਾਤਸ਼ਾਹ ਕੋਲ 7000 ਸਿਪਾਹੀ ਸਨ, ਜਿਸ ਵਿੱਚ ਗੁਰੂ ਜੀ ਦੇ ਮਾਮਾ ਜੀ ਕਿਰਪਾਲ ਚੰਦ ਜੀ, ਬੀਬੀ ਬੀਰੋ ਜੀ ਦੇ 5 ਪੁੱਤਰ, ਪੀਰ ਬੁੱਧੂ ਸ਼ਾਹ ਜੀ ਦੇ 700 ਚੇਲੇ, 2 ਭਰਾ ਅਤੇ 4 ਪੁੱਤਰ ਸਨ। ਵਿਰੋਧੀ ਧਿਰ ਵਿੱਚ ਰਾਜਾ ਹਰੀ ਚੰਦ, ਭੀਮ ਚੰਦ, ਫਤਿਹ ਚੰਦ ਅਤੇ ਹੋਰ ਕਈ ਰਾਜੇ ਸਨ। ਸਾਰਿਆਂ ਨੂੰ ਮਿਲਾ ਕੇ ਤਕਰੀਬਨ 25,000 ਸੈਨਾ ਸੀ ਜੀ ਉਹਨਾਂ ਦੇ ਕੋਲ। ਫਿਰ ਵੀ ਸਾਡੇ ਦਸਵੇਂ ਪਾਤਸ਼ਾਹ ਜੀ ਨੇ ਇਹ ਪਹਿਲਾ ਧਰਮ ਯੁੱਧ ਜਿੱਤਿਆ ਸੀ ਜੀ। ਆਪਾਂ ਸਭ ਨੇ ਸ਼੍ਰੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਹਨ। ਆਓ ਹੁਣ ਆਪਾਂ ਚੱਲੀਏ ਅੱਗੇ, ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਇਸ ਸਥਾਨ ਉੱਪਰ ਝੂਲਦਾ ਹੋਇਆ ਜੀ। ਆਪਾਂ ਸਭ ਨੇ ਮਿਲ ਕੇ ਜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਨੇ ਜੀ। ਆ ਜਾਓ ਹੁਣ ਆਪਾਂ ਦੇਖਦੇ ਹਾਂ ਮਹਾਰਾਜ ਜੀ ਦੀ ਪ੍ਰਾਤਨ ਨਿਸ਼ਾਨੀ, ਜਾਮਣ ਦਾ ਦਰਖਤ ਜੀ, ਜੋ ਇਸ ਸਾਈਡ ਆ ਜੀ। ਦਸਵੇਂ ਪਾਤਸ਼ਾਹ ਜੀ
ਉਸ ਨਾਲ ਕਿੱਲਾ ਹੁੰਦਾ ਸੀ ਪਹਿਲਾਂ ਜੀ। ਉਸ ਕਿੱਲੇ ਨਾਲ ਦਸਵੇਂ ਪਾਤਸ਼ਾਹ ਘੋੜਾ ਬੰਨ੍ਹਦੇ ਹੁੰਦੇ ਸੀਗੇ ਜੀ। ਪਾਤਸ਼ਾਹ ਘੋੜਾ ਬੰਨ੍ਹਦੇ ਹੁੰਦੇ ਸੀ ਇਸ ਜੰਮਣ ਦੇ ਦਰਖਤ ਨਾਲ ਜੀ। ਫਿਰ ਉਹ ਦਰਖਤ ਉਹ ਕਿੱਲਾ ਫੁੱਟਿਆ ਜੀ ਅਤੇ ਅੱਜ ਇੱਕ ਬਹੁਤ ਵੱਡੇ ਦਰਖਤ ਦੇ ਰੂਪ ਦੇ ਵਿੱਚ ਉਹ ਮੌਜੂਦ ਆ ਜੀ। ਆ ਜਾਓ ਆਪਾਂ ਉਸ ਪਵਿੱਤਰ ਜੀ ਉਸ ਇਤਿਹਾਸਕ ਜੰਮਣ ਦੇ ਦਰਖਤ ਦੇ ਦਰਸ਼ਨ ਕਰਦੇ ਹਾਂ ਜੀ। ਇਹ ਆ ਜੀ ਇਤਿਹਾਸਕ ਬੋਰਡ ਜੀ ਇਸ ਦਰਖਤ ਦਾ ਜੀ, ਇਸ ਜੰਮਣ ਦੇ ਦਰਖਤ ਦਾ ਜਿਸ ਨਾਲ ਸਾਡੇ ਪਾਤਸ਼ਾਹ ਘੋੜਾ ਬੰਨ੍ਹਦੇ ਹੁੰਦੇ ਸੀਗੇ ਜੀ। ਤੁਸੀਂ ਇੱਕ ਗੱਲ ਦੇਖੋ, ਸਾਡੇ ਦਸਵੇਂ ਪਾਤਸ਼ਾਹ ਨੇ ਜੀ ਅਨੰਦਪੁਰ ਸਾਹਿਬ ਪਟਨਾ ਸ਼ਹਿਰ ਦਸਵੇਂ ਪਾਤਸ਼ਾਹ ਦਾ ਜਨਮ ਹੋਇਆ ਜੀ ਬਿਹਾਰ ਦੇ ਵਿੱਚ। ਉਸ ਤੋਂ ਬਾਅਦ ਸਾਡੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹੇ ਨੇ। ਨੌਵੇਂ ਪਾਤਸ਼ਾਹ ਨੇ ਅਨੰਦਪੁਰ ਸ਼ਹਿਰ ਵਸਾਇਆ ਜੀ। ਉਹ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਅਨੰਦਪੁਰ ਸ਼ਹਿਰ ਦੀ ਰੂਪ ਰੇਖਾ ਨੂੰ ਬਦਲਿਆ, ਬਹੁਤ ਸੋਹਣਾ ਅਨੰਦਪੁਰ ਸ਼ਹਿਰ ਬਣਾਇਆ, ਆਨੰਦਾਂ ਦੀ ਪੂਰੀ ਬਣਾਈ। ਪਾਤਸ਼ਾਹ ਅਨੰਦਪੁਰ ਰਹੇ ਅਤੇ ਫਿਰ ਸਾਡੇ ਪਾਤਸ਼ਾਹ ਪਾਉਂਟਾ ਸਾਹਿਬ ਵੀ ਆਏ ਨੇ ਇਸ ਧਰਤੀ ਦੇ ਉੱਤੇ ਰਹੇ ਨੇ। ਅਤੇ ਪਾਉਂਟਾ ਸਾਹਿਬ ਵੀ ਬਹੁਤ ਸੋਹਣਾ ਸ਼ਹਿਰ ਆ ਜੀ, ਬਹੁਤ ਵਧੀਆ ਜਗ੍ਹਾ ਦੇ ਉੱਤੇ ਇਹ ਅਸਥਾਨ ਬਣੇ ਹੋਏ ਨੇ ਜਿਹੜਾ ਇਹ ਭੰਗਾਣੀ ਸਾਹਿਬ ਅਸਥਾਨ ਬਣਿਆ ਹੋਇਆ। ਤੁਸੀਂ ਯਕੀਨ ਮੰਨਿਓ ਚਾਰੇ ਪਾਸੇ ਵੱਡੇ ਵੱਡੇ ਪਹਾੜ ਨੇ, ਇੱਕ ਹਰਿਆਲੀ ਆ ਅਤੇ ਬਹੁਤ ਸੋਹਣਾ ਇਹ ਅਸਥਾਨ ਲੱਗਦਾ ਆ, ਜਾਣੀ ਮਨ ਨੂੰ ਇੱਕ ਸ਼ਾਂਤੀ ਇੱਕ ਸਕੂਨ ਮਿਲਦੀ ਆ। ਸਾਡੇ ਦਸਵੇਂ ਪਾਤਸ਼ਾਹ ਨੇ ਦੇਖੋ ਅਨੰਦਪੁਰ ਸਾਹਿਬ ਆ ਜਿਹੜਾ ਅਸਥਾਨ ਆ ਜੀ ਉਹ ਵੀ ਬਹੁਤ ਸ਼ਾਂਤ ਜਗ੍ਹਾ ਦੇ ਉੱਤੇ ਬਣਿਆ ਹੋਇਆ ਆ, ਵੱਡੇ ਵੱਡੇ ਪਹਾੜ ਨੇ। ਜਿਹੜਾ ਗੁਰੂ ਕਾ ਲਾਹੌਰ ਸਾਹਿਬ ਆ ਉਹ ਵੀ ਅਸਥਾਨ ਬਹੁਤ ਸੋਹਣਾ ਬਣਿਆ ਹੋਇਆ, ਆਲੇ ਦੁਆਲੇ ਵੱਡੇ ਵੱਡੇ ਪਹਾੜ ਨੇ। ਜਿਹੜੀ ਜਿੰਨੇ ਕੁ ਇਹ ਅਸਥਾਨ ਨੇ ਸਾਰੇ ਸ਼ਾਂਤੀ ਨਾਲ ਭਰਪੂਰ ਅਸਥਾਨ ਨੇ ਜੀ, ਜਾਣੀ ਮਨ ਨੂੰ ਇੱਕ ਟਿਕਾ ਆਉਂਦਾ ਆ, ਸਕੂਨ ਮਿਲਦਾ ਆ। ਇਹ ਸੀ ਉਹ ਦਰਖਤ ਜੀ ਪਵਿੱਤਰ ਜੀ ਜਿਸ ਨਾਲ ਸਾਡੇ ਪਾਤਸ਼ਾਹ, ਉਸ ਵੇਲੇ ਕਿੱਲਾ ਹੁੰਦਾ ਸੀ ਇਹਦੇ ਨਾਲ ਘੋੜਾ ਬੰਨ੍ਹਦੇ ਸੀਗੇ ਜੀ। ਫਿਰ ਇਹ ਦਰਖਤ ਫੁੱਟਿਆ, ਅੱਜ ਦੇਖੋ ਕਿੱਡਾ ਵੱਡਾ ਇਹ ਦਰਖਤ ਮੌਜੂਦ ਆ ਜੀ ਉਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ 'ਤੇ ਮੇਰੇ ਪਾਤਸ਼ਾਹ ਦੇ ਚਰਨ ਪਏ ਸੀ, ਸੰਗਤਾਂ ਦੇ ਚਰਨ ਪਏ ਸੀ ਜੀ। ਜੀ ਆਪ ਇਹਨਾਂ ਸਾਰੇ ਸਥਾਨਾਂ ਦੇ ਦਰਸ਼ਨ ਕਰ ਲਏ ਹਨ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਹੁਣ ਆਪਾਂ ਮਿਲਾਂਗੇ ਅਗਲੇ ਸਥਾਨ 'ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।